ਕਦੀ ਕਠਿਆਂ ਨੇ ਮਠਿਆਈ ਨੀ ਕਦੀ ਕਠਿਆਂ ਨੇ ਮਠਿਆਈ ਕਹਿਣੀ ਉਹ ਲੈਣੀ ਕੁੜੀਏ ਤਾਰੀ ਮੇਰੀਆਂ ਨਹੀਂ ਵਿਚਨਾ ਤੇਰਾ ਨਿਕ ਬੋਲੇ ਨੀ ਕੁੜੀਏ ਤਾਰੀ ਮੇਰੀਆਂ ਨਹੀਂ ਵਿਚਨਾ ਤੇਰਾ ਨਿਕ ਬੋਲੇ ਨੀ ਕੁੜੀਏ ਤਾਰੀ ਮੇਰੀਆਂ ਨਹੀਂ ਵਿਚਨਾ ਤੇਰਾ ਨਿਕ ਬੋਲੇ ਨੀ ਕੁੜੀਏ चर्चे तेरी बोरा ਦੇਖਿਆ ਤਾਂ ਹੈ ਕਿਤੇ ਪਰ ਕਿੱਥੇ ਦੇਖਿਆ ਤੈਨੂੰ ਹੁਣ ਯਾਦ ਨਹੀਂ ਆ ਰਿਹਾ ਹੁਣ ਯਾਦ ਆਇਆ
ਦੇਖਿਆ ਥਾਣੇ ਓਏ ਆਨੇ ਤਾਂ ਮੈਂ ਕਿਤੇ ਗਿਆ ਹੀ ਨਹੀਂ ਉਹ ਗਿਆ ਤਾਂ ਮੈਂ ਵੀ ਨਹੀਂ ਮੇਰਾ ਵੀ ਖਿਆਲ ਹੀ ਹੈ ਕਿਹਦਾ ਬੰਦਾ ਤੂੰ ਯਾਰ ਉਹ ਆ ਕੀ ਗਈ ਅੰਨਾ ਉਹ ਮੈਂ ਮੂਰ ਖੜਾ ਗੱਲ ਨਹੀਂ ਕਰਦਾ ਅੱਛਾ ਆਹੋ ਪਰ ਮੈਂ ਕਰ ਲੈਂਦਾ ਬਾਕੀ ਗੱਲ ਆ ਕੀ ਕਰੀ ਜਾਂਦਾ ਆ ਤਾਂ ਮੈਂ ਟਾਈਮ ਪਾਸ ਕਰ ਰਿਹਾ ਅੱਛਾ ਐ ਟਾਈਮ ਪਾਸ ਹੁੰਦਾ ਹੈ ਹਾਂਜੀ ਨਾ ਜੀ ਐ ਟਾਈਮ ਪਾਸ ਨਾ ਹੋਵੇ ਫੇਰ ਜੇ ਐ ਟਾਈਮ ਪਾਸ ਨਾ ਹੋਵੇ ਫੇਰ ਆਇਆ ਕਰ ਲਾ ਜੋ ਓਏ ਗੱਲ ਲਾ ਜੋ ਸੱਚਾ ਮੂਰਖ ਹੈ ਅੱਛਾ ਜੀ ਆ ਕੀ ਗੱਲ ਉਹ ਮੈਂ ਨਾ ਤੇਰੇ ਕੋਲ ਤਾਂ ਆਇਆ ਦਾ ਵੀ ਮੈਂ ਨਾ ਡਰੈਸ ਪੁੱਛਣਾ ਹੈ ਡਰੈਸ ਪੁੱਛਣਾ ਹੈ ਹਾਂ ਹਾਂ ਪੁੱਛੋ ਮੈਂ ਨਾ ਮਾਸਟਰ ਰਾਮ ਲਾਲ ਦੇ ਘਰ ਜਾਣਾ ਮਾਸਟਰ ਰਾਮ ਲਾਲ ਦੇ ਘਰ ਜਾਣਾ ਹੈ ਹਾਂ ਤੇ ਜਾਓ ਉਹ ਮੈਨੂੰ ਪਤਾ ਨਹੀਂ ਨਾ ਮੈਨੂੰ ਡਰੈਸ ਦੱਸ ਦੇ ਕਿੱਥੇ ਹੈ ਮੈਂ ਮਾਸਟਰ ਰਾਮ ਲਾਲ ਅੱਛਾ ਡਰੈਸ ਪੁੱਛਣਾ ਹੈ ਅੱਛਾ ਮਾਸਟਰ ਰਾਮ ਲਾਲ ਹਾਂ ਕੰਮ ਕੀ ਕਰਦਾ ਉਹ ਮਾਸਟਰ ਆ ਯਾਰ ਪੜਾਉਂਦਾ ਉਹ ਪੜਾਉਂਦਾ ਹੈ ਪੜਕਾਉਂਦਾ ਨਹੀਂ ਪੜਾਉਂਦਾ ਹੈ ਅੱਛਾ ਪੜਾਉਂਦਾ ਹੈ ਹਾਂ ਠੀਕ 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 ਹਾਂ ਮਾਸਟਰ ਆ ਰਾਮ ਲਾਲ ਦੋ ਬੱਚੇ ਵੀ ਉਹਦੇ ਦੋ ਬੱਚੇ ਵੀ ਹੈ ਹਾਂ ਵਿਆਹ ਹੋਇਆ ਹੋਵੇ ਉਹ ਬੱਚੇ ਹੈ ਵਿਆਹ ਦਾ ਯਾਰ ਕਿਆ ਕਰੀਏ ਮੈਂ ਦੋ ਅੱਛਾ 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 ਮਾਸਟਰ ਰਾਮ ਲਾਲ ਉਹ ਸਾਲ ਤੋਂ ਉਹ ਰਹਿੰਦਾ ਉਹ ਸਾਲ ਤੋਂ ਹੋਇਆ ਰਹਿੰਦਾ ਹਾਂ ਕਹਿੰਦਾ ਇੱਥੇ ਪਿਆ ਹਾਂ ਬਸ ਦੋ ਮਹੀਨੇ ਵਾਲੇ ਤੁਹਾਨੂੰ ਪਤਾ ਹੈ ਹਾਂ ਅੱਜ ਗੱਲ ਅੱਗੋ ਸਿੱਧਾ ਚਲੇ ਜੀ ਅੱਗੋ ਸਿੱਧਾ ਚੱਲ ਜਾ ਹਾਂ ਅੱਛਾ ਅੱਗੇ ਜਾ ਕੇ ਖੱਬਾ ਮੋੜ ਆਊਗਾ ਅੱਛਾ ਉੱਥੇ ਮੁੜ ਜਾਵਾਂ ਨਾ 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 ਮੁੜਨਾ ਨਹੀਂ ਅੱਗੋ ਅੱਛਾ ਸਿੱਧਾ ਹੀ ਜਾਣਾ ਹੈ ਅੱਛਾ ਸਿੱਧਾ ਹੀ ਜਾਣਾ ਹੈ ਫੇਰ ਅੱਗੇ ਖੱਬਾ ਮੋੜ ਆਊਗਾ ਅੱਛਾ ਉੱਥੇ ਮੁੜਨਾ ਤਾਂ ਨਹੀਂ ਉੱਥੇ ਨੂੰ ਮੁੜਨਾ ਹੈ ਅੱਛਾ ਉੱਥੇ ਨੂੰ ਮੁੜਨਾ ਹੈ ਹਾਂ ਕਿਆ ਫੇਰ ਅੱਗੇ ਜਾ ਕੇ ਅੱਗੇ ਨਾ ਚੌਂਕ ਆਊਗਾ ਅੱਛਾ ਉਹ ਚੌਂਕ ਦੇ ਵਿੱਚ ਇੱਕ ਮੋਟਾ ਜਿਹਾ ਬੰਦਾ ਬੈਠਾ ਤੇਰੇ ਵਰਗਾ ਆਹੋ ਉਹਨੂੰ ਪੁੱਛ ਲਈ ਯਾਰ ਮੈਨੂੰ ਵੀ ਪਤਾ ਤੁਹਾਨੂੰ ਨਹੀਂ ਪਤਾ ਮੈਂ ਕਿਹਾ ਯਾਰ ਮੈਂ ਉਹਨੂੰ ਪੁੱਛ ਲੈਂਦਾ ਕਿਤੇ ਤੁਹਾਨੂੰ ਪਤਾ ਨਹੀਂ ਦੱਸਦਾ ਕੋਈ ਵੀ ਓਏ ਗਾਤਰ ਗਾਤਰ ਤੂੰ ਮੈਨੂੰ ਪਛਾਣਿਆ ਨਹੀਂ ਨਾ ਮੈਂ ਓਏ ਮੈਂ ਹੀ ਤਾਂ ਮਾਸਟਰ ਹਾਂ ਅੱਛਾ ਤੂੰ ਹੀ ਹੈ ਮਾਸਟਰ ਰਾਮ ਲਾਲ ਤੂੰ ਮੈਨੂੰ ਪਛਾਣਿਆ ਨਹੀਂ ਹੈ ਨਾ ਨਾ ਪਛਾਣਿਆ ਅੱਛਾ ਮੈਂ ਦੱਸੋ ਹੋ ਗਿਆ ਤਾਂ ਡੰਗਰ ਸਾਡੇ ਘਰ ਦੇ ਡੰਗਰ ਹੈ ਠੀਕ ਠੀਕ ਉਹ ਤੂੰ ਵੀ ਨਾ ਘਰ ਦਾ ਹੀ ਬੰਦਾ ਹੈ ਹੈ ਉਹ ਪਰ ਯਾਰ ਮੈਨੂੰ ਤੇਰੇ ਘਰ ਦਾ ਪਤਾ ਹੀ ਨਹੀਂ ਤੈਨੂੰ ਮੇਰੇ ਘਰ ਦਾ ਪਤਾ ਨਹੀਂ ਨਾ ਇੱਥੋਂ ਸਿੱਧਾ ਚਲ ਜਾ ਸਿੱਧਾ ਚਲੇ ਗਿਆ ਅੱਗੇ ਜਾ ਕੇ ਦਰਵਾਜ਼ਾ ਆਊਗਾ ਬ
ਸਤਿ ਸ਼੍ਰੀ ਅਕਾਲ ਜੀ ਇਸ ਚੈਨਲ ਨੂੰ ਦੇਖਣ ਵਾਲਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਭ ਨੂੰ ਨਵੇਂ ਸਾਲ ਦੀਆਂ ਵਧਾਈਆਂ ਅੱਜ ਦੇ ਇਸ ਫੰਕਸ਼ਨ ਦੇ ਵਿੱਚ ਅਸੀਂ ਨਵਾਂ ਸਾਲ ਮਨਾ ਰਹੇ ਹਾਂ ਜਿਹਦੇ ਵਿੱਚ ਪ੍ਰਭੂ ਆਸਰਾ ਆਸ਼ਰਮ ਕੁਰਾਲੀ ਤੇ ਬਲੂ ਬਰਡ ਸਕੂਲ ਪ੍ਰਕਾਸ਼ ਮੈਮੋਰੀਅਲ ਡੈਫ ਐਂਡ ਡੰਬ ਸੁਸਾਇਟੀ
रोपड़ और पिंग कुष्ठ आश्रम रूपनगर इतों जोड़े मैंबरस ने साडे अज गैसट ने ये साढ़े मैंबर इसलिए गैसट ने क्योंकि यह योधे ने योधे क्यों ने क्योंकि ये लोग जोड़े है बहुत फिजिकली या मैंटली या कुछ होर इशूज़ करके सोशली जोड़े है चैलेंज परसनस ने सो असी इन्हों के नाल अपना नवा साल मनाने क्योंकि असं ये मानते हैं यूनीक एडवेंचर फैमिली साड़ी रूपनगर की जो है वो ये सारा प्रोग्राम आज ऑर्गेनाइज कर रहा है। साडे इस प्रोग्राम का जो मुख्य मकसद जो है समाज में एक सुनेहा देना है कि ये लोग भी जोड़े है वो समाज का मैंबर ने उन्हां दी तरक्की जिवें असीं अपनी तरक्की करते हैं इन्हां दी सहूलतां इन्हां नूं जिंदगी दे वधिया मौके प्रदान करने इन्हां नूं तरक्की प्रदान करनी इन्हां नूं जिंदगी दी मुख धारा विच शामिल करना साडा मुख परपज है। थैंक यू दोस्तों नमस्कार, मैं साल भारती वालों और अज 2022 1 जनवरी सैलीब्रेशन कर रहे हैं नवे साल का स्वागत। अज साडी इत्थे स्टेज परफॉर्मेंस भी है तो मेरे नाल मेरे साथी ने जसवीर सिंह जस्सा लो आपां मिलदे जसवीर जस्सा जी सत श्री अकाल जी। सत श्री अकाल, होर ठीक ठाक जी? बहुत ठीक ठाक वधिया जी वधिया। अज पे अज कि कि आइटम हो रही है इत्थे? अज अज साडी इक आइटम हो रही है इक झूठ ते इंट्रोडक्शन हो रही है साडी जस्सा जी ते बल्लू जी दी जो कि थोड़ी देर विच पेश कीती जाएगी। ओके 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 लो थोड़ी देर बाद तुम सारी स्टेज परफॉर्मेंस भी देखोगे चल रहे हैं फिर। हाँ जी आरसू वल्यू चैनल का मैं अपने क्लब के विहाप से तह दिलों शुक्र गुजार हाँ जिन्हें अज रबी रूहां आके बेच वल्यू तो जस्से ने अपना जो टेलेंट है उन्होंने शेयर किया उन्होंने दुआवां लईयां इन्हां रबी रूहां दे विच आके सानू बहुत ही दिलों वधिया लग्या कि जिहड़ियां रब्बी रूहां ने असी हर साल इन्हां लई 20 साल तो लगातार प्रभ आसरा कराली कुश आश्रम रोपड़ ब्लू वर्ड स्कूल जिहड़ा रोपड़ दा है उहदे असी इहनूं समर्पित करता साडे मैंबरस ने साडे क्लब दा नां है यूनीक एडवेंचर फैमिली रोपड़ इहदे सारे ही मैंबर भी यूनीक हन ये विलक्खण काम करते हैं तो जिहड़ी फिटनेस है असी फिजिकली मैंटली सोशली स्पिरिचुअली इंटेलैक्चुअली तो उत्ते कंसंट्रेट करते हैं उन्हों क्लबिंग्स करते हैं तो बाहर मिलके एक दूजे का दुख सुख शेयर करते ने खुशी जिहड़ी है उन्हों दुगनी करते ने दुख नूं अद्धा करते ने तो एक परिवार के तौर पर सारे जुड़े ने मिल के सारे मैंबर साढ़े जिहड़े ने ये हर साल 20 साल तो हो गए सन लगातार ये असी इन्हां संस्था नूं इनवाइट करके असी इन्हां नूं सवेरे अपने प्यार भरिया भोजन करवाने हैं गिफ्ट दिंदे हैं कल्चर प्रोग्राम इन्हां दे नाल शेयर करते हैं तो साढ़े नाल बहुत अच्छे यूनीक लोग जिहड़े ने वह जुड़े ने असी उन्हां नूं फिर थैंक्स मैं अपने वालों करदा तो अपने क्लब वालों करदा हैगा तो इन्हां दे नाल जुड़ो इन्हां लई मैं इक्को मैसेज देना चाहुंदा हैगा कि इन्हां नूं जो भी पुन्नदान करना कुछ लोग इन्हां नूं पिकनिक करवाओ वोटिंग करवाओ इन्हां लई जिहड़ा कोई भी बर्थडे कोई मैरिज फंक्शन कोई रिसेप्शन कोई इंगेजमेंट नहीं आता हैगा इन्हीं सिर्फ सवेरे शामी खाना ही खाना तो इंसान खाना खाने लई नहीं बनिया इमोशन जिहड़े ने वो सेम हुंदे ने ते साडा इक्को इक उपराला जिहड़ा कि मैं बाहरों स्वीडन जापान तो लैके आया सी कि इन्हां नूं वोटिंग करवा के पिकनिक करवाउण दी कोशिश करो तो तुसीं भी इस कदम वल
अपना जोड़ा है हाथ बधाओ तो शुक्रिया। ये सन साढ़े इस हेड सरदार जी एस घुमण साहब, थैंक यू सर, थोड़ा बहुत बहुत शुक्रिया।